ਦੁੱਲੇ ਕੇ ਨੱਥੂਵਾਲਾ ਦੇ ਖੇਤਾਂ ਵਿੱਚੋਂ 2 ਕਿਲੋ 600 ਗ੍ਰਾਮ ਤੋਂ ਵੱਧ ਹੈਰੋਨ ਥਾਣਾ ਗੁਰੂਵਰਸਰ ਦੀ ਪੁਲਿਸ ਨੇ ਕੀਤੀ ਬਰਾਮਦ। ਡੀਐਸਪੀ ਅਤੁਲ ਸੋਨੀ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਜਾਣਕਾਰੀ। ਥਾਣਾ ਗੁਰੂਵਰਸਰ ਦੀ ਪੁਲਿਸ ਨੂੰ ਐਤਵਾਰ ਨੂੰ 5 ਵਜੇ ਦੇ ਕਰੀਬ ਵੱਡੀ ਸਫਲਤਾ ਹੱਥ ਲੱਗੀ ਹੈ, ਜਦ ਪਿੰਡ ਦੁੱਲੇ ਕੇ ਨੱਥੂਵਾਲਾ ਦੇ ਖੇਤਾਂ ਵਿੱਚੋਂ ਕਣਕ ਨੂੰ ਸਪਰੇਅ ਕਰ ਰਹੇ ਇੱਕ ਨੌਜਵਾਨ ਨੂੰ 2 ਪੈਕੇਟ ਦਿਖਾਈ ਦਿੱਤੇ, ਜਿਸ ਦੇ ਚਲਦਿਆਂ ਉਸ ਨੌਜਵਾਨ ਨੇ ਸੂਝਬੂਝ ਨਾਲ ਕੰਮ ਲੈਂਦੇ ਹੋਏ ਡੀਐਸਪੀ ਗੁਰੂਵਰਸਰ ਅਤੁਲ ਸੋਨੀ ਨਾਲ ਸੰਪਰਕ ਸਾਧਿਆ ਗਿਆ ਤੇ ਮੌਕੇ ਤੇ ਥਾਣਾ ਮੁਖੀ ਗੁਰਜੰਟ ਸਿੰਘ ਵੱਲੋਂ ਜਦ ਇਹਨਾਂ ਪੈਕੇਟਾਂ ਨੂੰ ਆਪਣੇ ਕਬਜ਼ੇ ਵਿੱਚ ਲਿਆ ਗਿਆ ਤਾਂ ਉਹਨਾਂ ਨੇ ਇਸ ਨੂੰ ਖੋਲ ਕੇ ਦੇਖਿਆ ਤਾਂ ਉਸ ਵਿੱਚੋਂ ਹੈਰੋਨ ਬਰਾਮਦ ਹੋਈ ਹੈ, ਜਿਸ ਦਾ ਕਿ ਕੁੱਲ ਵਜ਼ਨ 2 ਕਿਲੋ 600 ਗ੍ਰਾਮ ਤੋਂ ਵੱਧ ਦਾ ਦੱਸਿਆ ਜਾ ਰਿਹਾ ਹੈ। ਜਿਸ ਦੇ ਚਲਦਿਆਂ ਸੋਮਵਾਰ ਨੂੰ 1 ਵਜੇ ਦੇ ਕਰੀਬ ਪ੍ਰੈਸ ਕਾਨਫਰੰਸ ਕਰਦੇ ਹੋਏ ਡੀਐਸਪੀ ਅਤੁਲ ਸੋਨੀ ਨੇ ਕਿਹਾ ਕਿ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਸੁੱਟੀ ਗਈ ਹੈਰੋਨ ਜੋ ਕਿ ਪੁਲਿਸ ਨੇ ਬਰਾਮਦ ਕਰ ਲਈ ਹੈ। ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਲਗਾਤਾਰ ਪਿੰਡਾਂ ਵਿੱਚ ਸੈਮੀਨਾਰ ਲਗਾਏ ਜਾ ਰਹੇ ਹਨ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ, ਜਿਸ ਦੇ ਚਲਦਿਆਂ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਉਹਨਾਂ ਨੇ ਕਿਹਾ ਕਿ ਅਣਪਛਾਤੇ ਵਿਅਕਤੀ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਵੀ ਕੀਤਾ ਗਿਆ ਹੈ। ਫਿਰ ਸਰ ਕੀ ਕਹਿਣਾ ਚਾਹੋਗੇ, ਪੁਲਿਸ ਨੂੰ ਬੜੀ ਵੱਡੀ ਰਿਕਵਰੀ ਹੋਈ ਹੈ ਜੀ, ਹੈਰੋਨ ਵਗੈਰਾ ਕੱਢੀ ਗਈ ਹੈ, ਕੀ ਮਾਮਲਾ ਕੀ ਹੈ ਪੂਰਾ ਸਰ? ਮੇਨ ਤਾਂ ਜਿਹੜਾ ਆਪਣਾ ਗੁਰੂ ਹਰ ਸਾਹਿਬ ਵਾਸੀਆਂ ਦਾ ਬਹੁਤ ਬਹੁਤ ਥੈਂਕਸ ਹੈ ਵੀ ਜਿਹੜੀ ਛੋਟੀ ਛੋਟੀ ਇਨਫੋਰਮੇਸ਼ਨ ਵੀ ਹੈਗੀ ਹੈ ਉਹਨਾਂ ਸਾਡੇ ਨਾਲ ਸ਼ੇਅਰ ਕਰ ਰਹੇ ਜੀ। ਇਸੇ ਸੰਬੰਧ ਦੇ ਵਿੱਚ ਜਿਸ ਤਰ੍ਹਾਂ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਸਕੂਲਾਂ ਦੇ ਵਿੱਚ ਸੈਮੀਨਾਰ ਲਗਾ ਰਹੇ ਹੈਗੇ, ਇੱਕ ਗੈਟ ਟੂਗੈਦਰ ਜਿਹਾ ਬਣ ਗਿਆ ਹੈਗਾ ਵਿਲੇਜ ਦੇ ਨਾਲ ਤੇ ਪੁਲਿਸ ਦੇ ਨਾਲ ਤੇ ਜਿਹੜੇ ਚੌਂਕੀ ਇੰਚਾਰਜ ਵਗੈਰਾ ਹੈਗੇ ਉਹਨਾਂ ਸਾਰਿਆਂ ਦੇ ਨਾਲ। ਸਟੂਡੈਂਟਸ ਜਿਹੜੇ ਹੈਗੇ ਆ ਥੋੜ੍ਹਾ ਥੋੜ੍ਹਾ ਦੇਖ ਕੇ ਤੇ ਉਹ ਵੀ ਹੁਣ ਸਾਡੇ ਵਾਲੇ ਪਾਸੇ ਆਉਂਦੇ ਕਿਉਂਕਿ ਅਸੀਂ ਜਿਵੇਂ ਸਪੋਰਟਸ ਮੀਟਸ ਕਰਾ ਰਹੇ ਹੈਗੇ ਤੇ ਇੱਕ ਗੈਟ ਟੂਗੈਦਰ ਬਹੁਤ ਅੱਛਾ ਹੋਣ ਕਰਕੇ ਤੇ ਇਸੇ ਸੰਬੰਧ ਦੇ ਵਿੱਚ ਜਿਵੇਂ ਕੱਲ੍ਹ ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀ ਐਸ ਐਚ ਓ ਨੂੰ ਇਨਫੋਰਮੇਸ਼ਨ ਦਿੱਤੀ ਸੀ ਵੀ ਪਿੰਡ ਹੈਗੇ ਦੁੱਲਾ ਨੱਥੇ ਕੇ ਜਿਹੜਾ ਸੀਗਾ ਗੁਰੂ ਹਰ ਸਾਹਿਬ ਪੈਂਦਾ ਵੀ ਉੱਥੇ ਮੁੰਡਾ ਜਿਹੜਾ ਸੀਗਾ ਉਹਨੇ ਇਨਫੋਰਮੇਸ਼ਨ ਦਿੱਤੀ ਵੀ ਪਿੰਡ ਦੇ ਵਿੱਚ ਜਿਹੜੇ 2 ਪੈਕੇਟ ਹੈਗੇ ਉੱਥੇ ਪਏ ਹੈਗੇ। ਉਹ ਐਸ ਐਚ ਓ ਉੱਥੇ ਜਾ ਕੇ ਜਦ ਫਿਰ ਦੇਖਦੇ ਹੈਗੇ ਤੇ ਉੱਥੇ ਬਾਕੀ ਜਿਹੜੇ 2 ਪੈਕੇਟ ਹੈਗੇ ਸੀ ਉਹ ਹੈਰੋਇਨ ਦੇ ਸੀਗੇ ਜਿਹਦੀ ਵੇਟ ਸੀਗਾ 2.69 ਜਿਹੜਾ ਸੀਗਾ ਵੇਟ ਕੀਤਾ ਗਿਆ। ਇਹਦੇ ਸੰਬੰਧ 'ਚ ਇੱਕ ਐਫ ਆਈ ਆਰ ਲੌਂਚ ਕੀਤੀ ਹੈਗੀ ਹੈ ਤੇ ਜਿਹੜੇ ਅਕਿਊਜ਼ ਹੈਗੇ ਉਹਨਾਂ ਦੇ ਬਾਰੇ ਅਸੀਂ ਭਾਲ ਕਰ ਰਹੇ ਹਾਂ। ਸਰ ਕਿੱਦਾਂ ਪਤਾ ਲੱਗਿਆ ਵੀ ਖੇਤਾਂ ਦੇ ਵਿੱਚ ਹੈਰੋਇਨ ਕੋਈ ਪੈਕੇਟ ਪਏ ਹੋਏ? ਦੇਖੋ ਉੱਥੇ ਜਿਹੜਾ ਬੰਦਾ ਜਿਹੜਾ ਸੀਗਾ ਜਿਹਨੇ ਇਨਫੋਰਮੇਸ਼ਨ ਦਿੱਤੀ ਹੈਗੀ ਹੈ ਉਹਨਾਂ ਦੇ ਨਾਲ ਖੇਤ ਹੈਗੇ ਤੇ ਉਹ ਜਿਵੇਂ ਸਪਰੇਅ ਵਗੈਰਾ ਕਰਦੇ ਸੀਗੇ ਤੇ ਬੜਾ ਅਸੀਂ ਵੀ ਉਹਨੂੰ ਬਹੁਤ ਥੈਂਕ ਕੀਤਾ ਵੀ ਕਈ ਵਾਰੀ ਹੁੰਦਾ ਵੀ ਬੰਦਾ ਡਰ ਜਾਂਦਾ ਵੀ ਮੇਰੇ ਖੇਤਾਂ 'ਚ ਪਈ ਗਈ ਤੇ ਵੀ ਹੁਣ ਇਹਦਾ ਮੇਰਾ ਕਿਤੇ ਮੇਰਾ ਹੀ ਨਾਂ ਨਾ ਆਵੇ। ਸੋ ਇਹ ਕਿੰਨਾ ਵਧੀਆ ਗੈਟ ਟੂਗੈਦਰ ਹੋਣ ਕਰਕੇ ਇੱਕ ਇੱਕ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਮਾੜੇ ਕੰਮਾਂ ਦੀ, ਭਾਵੇਂ ਉਹਨੂੰ ਆਪਾਂ ਡਰੱਗ 'ਚ ਲੈ ਲਈਏ, ਭਾਵੇਂ ਸੱਟੇ ਦੀ ਲੈ ਲਈਏ, ਭਾਵੇਂ ਕੋਈ ਲੜਾਈ ਝਗੜੇ ਦੀ ਲੈ ਲਈਏ, ਕੋਈ ਸਨੈਚਿੰਗ ਦੀ ਲੈ ਲਈਏ, ਨਾਲ ਦੀ ਨਾਲ ਸਾਨੂੰ ਆਉਣੀ ਸ਼ੁਰੂ ਹੋ ਗਈ। ਸਾਰਿਆਂ ਦਾ ਥੈਂਕਸ ਹੈ ਬਹੁਤ ਜ਼ਿਆਦਾ। ਸਰ ਤੁਹਾਡੇ ਆਉਣ ਨਾਲ ਪਬਲਿਕ ਅਵੇਅਰਨੈਸ ਹੋਈ ਹੈ, ਜਿੱਦਾਂ ਤੁਸੀਂ ਸੈਮੀਨਾਰ ਲਗਾ ਰਹੇ ਹੋ, ਮੋਢੇ ਨਾਲ ਮੋਢਾ ਲਾ ਕੇ ਪਬਲਿਕ ਸਹਿਯੋਗ ਕਰ ਰਹੀ ਹੈ ਜੀ। 100% ਕਰ ਰਹੀ ਹੈ, ਉਹਦਾ ਸਾਨੂੰ ਬੈਨੀਫਿਟ ਵੀ ਮਿਲ ਰਿਹਾ। ਤੁਸੀਂ ਦੇਖੋਗੇ ਰਾਤ ਨੂੰ ਵੀ ਕੋਈ ਕਿਤੇ ਹੂਟਰ ਦੀ ਆਵਾਜ਼ ਕਿਤੇ ਘੱਟ ਆ ਜਾਂਦੀ ਤਾਂ ਸਰ ਅੱਜ ਇੱਥੇ ਹੂਟਰ ਵੱਜੇ ਨਹੀਂ ਹੈਗੇ। ਸੋ ਪੀਸੀਆਰ ਨੂੰ ਫਿਰ ਅਸੀਂ ਕਨਵਰਟ ਕਰਦੇ ਹਾਂ। ਮੈਂ ਅਰਲੀ ਮਾਰਨਿੰਗ ਮੈਂ ਉਹੀ ਸਗੋਂ ਪੀਸੀਆਰ ਵਾਲਿਆਂ ਨੂੰ ਵੀ ਬੜਾ ਵਧੀਆ, ਉਹਨਾਂ ਨੂੰ ਮੈਂ ਰਿਵਾਰਡ ਦੇਣਾ ਚਾਹੁੰਦਾ। 3:30 ਵਜੇ ਮੈਂ ਜਦ ਉੱਠਿਆ ਤੇ ਉਹ ਹੂਟਰ ਉਸ ਵੇਲੇ ਵੱਜ ਰਿਹਾ ਸੀਗਾ। ਤੇ ਇਸੇ ਸੰਬੰਧ 'ਚ ਜਿਹੜੇ ਵੀ ਕਈ ਜਿਹੜੇ ਮਾੜੇ ਬੰਦੇ ਹੈਗੇ ਜਿਹਨਾਂ ਨੇ ਅਰਲੀ ਮਾਰਨਿੰਗ ਹੀ ਚੋਰੀ ਕਰਨੀ ਹੁੰਦੀ ਹੈਗੀ, ਵੀ ਕੋਸ਼ਿਸ਼ ਇਹੀ ਹੁੰਦੀ ਹੈ ਵੀ ਇਹਨੂੰ ਅੱਛਾ ਤਰੀਕੇ ਨਾਲ ਜਿਹੜਾ ਆਪਣਾ ਹੈਗਾ ਸ਼ਹਿਰ ਨੂੰ ਬਣਾਇਆ ਜਾਵੇ। ਸਰ ਸ਼ਹਿਰ ਦੀ ਗੱਲ ਹੋ ਰਹੀ ਹੈ, ਪਿਛਲੇ ਦਿਨ ਵਿਧਾਇਕ ਜੀ ਨੇ ਉਦਘਾਟਨ ਕੀਤਾ, ਸੀਸੀਟੀਵੀ ਕੈਮਰੇ ਵੀ ਲੱਗ ਗਏ ਜੀ, 18 ਤੋਂ ਪਲੱਸ ਪੁਆਇੰਟ ਚਿੰਨ੍ਹਿਤ ਕੀਤੇ ਗਏ, 108 ਤੋਂ ਵੱਧ ਕੈਮਰੇ ਨੇ ਜੀ, ਕਿੱਦਾਂ ਦੇਖਦੇ ਹੋ ਜੀ ਉਹ ਜਿਹੜੇ? ਇਹ ਇੱਕ ਸੇਫ ਹੋ ਜਾਂਦਾ ਹੈਗਾ, ਪਤਾ ਲੱਗ ਜਾਂਦਾ ਵੀ ਕਿਹੜਾ ਗੱਡੀ ਜਿਹੜੀ ਆਈ ਹੈ, ਕਿੰਨੇ ਵਜੇ ਆਈ, ਕਿੱਥੋਂ ਗਈ ਹੈਗੀ ਹੈ। ਤੋ ਹੁਣ ਕ੍ਰਾਈਮ ਜਿਹੜਾ ਹੈਗਾ ਕਰਨ ਵਾਲੇ ਨੂੰ ਹੋਰ ਇੱਕ ਹੋ ਗਿਆ ਵੀ ਬੈਰੀਗੇਟ ਆ ਗਿਆ, ਜਿੱਥੇ ਆਪਣਾ ਏਰੀਏ ਦੇ ਵਿੱਚ ਵੜਨ ਤੋਂ ਪਹਿਲੇ ਪਤਾ ਲੱਗ ਜਾਏਗਾ, ਮਹੱਲੇ 'ਚ ਵੜਨ ਤੋਂ ਪਹਿਲੇ ਪਤਾ ਲੱਗ ਜਾਏਗਾ ਵੀ ਉੱਥੇ ਕੈਮਰੇ ਲੱਗੇ ਨੇ। ਤੋ ਇੱਕ ਬੈਨੀਫਿਟ ਹੈਗਾ, ਸਗੋਂ ਸਾਰਿਆਂ ਨੂੰ ਲਗਾਉਣੇ ਚਾਹੀਦੇ ਆ। ਈਵਨ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਮੰਦਰਾਂ ਦੇ ਵਿੱਚ ਜਿਹੜੇ ਵੀ ਹਿਸਟੋਰੀਕਲ ਜਿਹੜੀ ਚੀਜ਼ਾਂ ਉੱਥੇ ਲਵਾਏ ਨੇ, ਵੀ ਕੋਈ ਅਗਰ ਕੋਈ ਸ਼ਰਾਰਤ ਕਰਦਾ ਹੈ ਤਾਂ ਮੇਰੇ ਹਿਸਾਬ ਨਾਲ ਇਹ ਨਹੀਂ ਹੋ ਸਕਦੇ, ਉਹ ਬਚ ਕੇ ਨਿਕਲ ਜਾਏਗਾ ਜੀ। ਸਰ ਲੋਕ ਇਹ ਵੀ ਗੱਲਾਂ ਕਰਦੇ ਡਿਪਟੀ ਸਾਹਿਬ ਦੱਬਦੇ ਹੀ ਨਹੀਂ ਕਿਸੇ ਨੂੰ? ਨਹੀਂ, ਇਹ ਤਾਂ ਤੁਹਾਡੀ ਆਪ ਦੀ ਸੋਚ ਹੈਗੀ, ਮੈਂ ਆਪਣਾ ਕੰਮ ਕਰ ਰਿਹਾ ਹਾਂ ਜੋ ਮੈਨੂੰ ਮੇਰੇ ਡਿਪਾਰਟਮੈਂਟ ਨੇ ਤੇ ਜੋ ਪਬਲਿਕ ਦੀ ਉਮੀਦਾਂ ਹੈਗੀਆਂ ਮੇਰੇ ਉੱਪਰ, ਆਈ ਵਿਲ ਡੂ ਮਾਈ ਬੈਸਟ, ਮੇਰੀ ਟੀਮ ਵੀ ਬਹੁਤ ਅੱਛਾ ਕੰਮ ਕਰ ਰਹੀ ਹੈ, ਤੋ ਹੋਪ ਫਾਰ ਦਾ ਬੈਸਟ, ਵੀ ਅੱਛਾ ਵੀ ਹੋਰ ਅੱਗੇ ਚੱਲੀ। ਥੈਂਕ ਯੂ, ਥੈਂਕ ਯੂ, ਥੈਂਕ ਯੂ।